6 ਅਗਸਤ 1945 ਨੂੰ ਸਵੇਰੇ 7 ਵਜੇ ਜਾਪਾਨੀ ਰਡਾਰਾਂ ਨੇ ਦੱਖਣ ਤੋਂ ਆ ਰਹੇ ਅਮਰੀਕੀ ਜਹਾਜ਼ਾਂ ਨੂੰ ਦੇਖ ਲਿਆ। ਚੇਤਾਵਨੀ ਦੇ ਸਾਇਰਨ ਵੱਜੇ ਅਤੇ ਪੂਰੇ ਜਾਪਾਨ ਵਿੱਚ ਰੇਡੀਓ ਪ੍ਰੋਗਰਾਮ ਰੋਕ ਦਿੱਤੇ ਗਏ। ਜਾਪਾਨ ਵਿੱਚ ਉਸ ਵੇਲੇ ਤੱਕ ਪੈਟਰੋਲ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਹੋ ਚੁੱਕੀਆਂ ਸਨ ਕਿ ਉਹਨਾਂ ਜਹਾਜ਼ਾਂ ਨੂੰ ਰੋਕਣ ਲਈ ਕੋਈ ਜਾਪਾਨੀ ਜਹਾਜ਼ ਨਹੀਂ ਭੇਜਿਆ ਗਿਆ। 8 ਵੱਜਦੇ ਵੱਜਦੇ ਚੇਤਾਵਨੀ ਹਟਾ ਦਿੱਤੀ ਗਈ ਅਤੇ ਰੇਡੀਓ ਪ੍ਰੋਗਰਾਮ ਮੁੜ ਸ਼ੁਰੂ ਹੋ ਗਏ। 8:09 'ਤੇ ਅਮਰੀਕੀ ਏਅਰਫੋਰਸ ਦੇ ਕਰਨਲ ਪੌਲ ਟਿਬਟਸ ਨੇ ਆਪਣੇ B-29 ਜਹਾਜ਼ ਐਨੋਲਾ ਗੇ ਦੇ ਇੰਟਰਕੌਮ 'ਤੇ ਐਲਾਨ ਕੀਤਾ, ਸਾਰੇ ਆਪਣੇ ਗੋਗਲਸ ਲਗਾ ਲਓ ਅਤੇ ਆਪਣੇ ਮੱਥੇ 'ਤੇ ਟਕਾ ਲਓ। ਜਹਾਜ਼ ਦੀ ਬੈਲੀ ਵਿੱਚ 3.5 ਮੀਟਰ ਲੰਬਾ 4 ਟਨ ਵਜ਼ਨ ਦਾ ਨੀਲਾ ਅਤੇ ਚਿੱਟਾ ਐਟਮ ਬੰਬ ਲਿਟਲ ਬੁਆਏ ਰੱਖਿਆ ਹੋਇਆ ਸੀ। ਐਨੋਲਾ ਗੇ ਦੇ ਸੱਜੇ ਪਾਸੇ 10 ਮੀਟਰ ਦੀ ਦੂਰੀ 'ਤੇ 1 ਕਿਲੋਮੀਟਰ ਪਿੱਛੇ ਇੱਕ ਦੂਸਰਾ B-29 ਜਹਾਜ਼ ਗ੍ਰੇਟ ਆਰਟਿਸਟ ਉੱਡ ਰਿਹਾ ਸੀ। ਇੱਕ ਤੀਜਾ ਬੰਬ ਬਣਾਉਣ ਵਾਲਾ ਜਹਾਜ਼ ਵੀ ਸੀ ਜਿਸ ਨੂੰ ਜਾਰਜ ਮਾਰਕਵਾਡ ਉਡਾ ਰਹੇ ਸੀ। ਉਹਨਾਂ ਦੀ ਜ਼ਿੰਮੇਵਾਰੀ ਸਿਰਫ ਤਸਵੀਰਾਂ ਲੈਣ ਦੀ ਸੀ। ਠੀਕ 8:13 'ਤੇ ਐਨੋਲਾ ਗੇ ਦੇ ਬੋਂਬਰਡੀਅਰ ਮੇਜਰ ਟੋਮਸ ਫਰੇਬੀ ਦੇ ਹੈੱਡਫੋਨ 'ਤੇ ਕਰਨਲ ਪੌਲ ਟਿਬਟਸ ਦਾ ਸੰਦੇਸ਼ ਸੁਣਾਈ ਦਿੱਤਾ, ਇਟ ਇਜ਼ ਆਲ ਯੋਰਸ। ਫਿਰ ਉਹਨਾਂ ਨੇ ਇੰਟਰਕੌਮ 'ਤੇ ਕਿਹਾ, ਆਪਣੇ ਗੋਗਲਸ ਲਗਾਓ। ਫਰੇਬੀ ਨੂੰ ਜਿਵੇਂ ਹੀ ਗੋਗਲਸ ਤੋਂ ਆਪਣਾ ਟੀਚਾ ਅਓਈ ਬ੍ਰਿਜ ਦਿਖਾਈ ਦਿੱਤਾ, ਉਹ ਚੀਕੇ, ਆਈ ਹੈਵ ਗੋਟ ਇਟ। ਠੀਕ 8:15 'ਤੇ ਐਨੋਲਾ ਗੇ ਤੋਂ ਨੱਕ ਦੀ ਸੀਧ 'ਚ ਲਿਟਲ ਬੁਆਏ ਹੀਰੋਸ਼ੀਮਾ ਦੇ ਉੱਪਰ ਡਿੱਗਣਾ ਸ਼ੁਰੂ ਹੋਇਆ। ਲਿਟਲ ਬੁਆਏ ਨੂੰ ਐਨੋਲਾ ਗੇ ਤੋਂ ਨੀਚੇ ਆਉਂਦੇ 43 ਸੈਕਿੰਡ ਲੱਗੇ। ਤੇਜ਼ ਹਵਾਵਾਂ ਨੇ ਉਸਦਾ ਰੁੱਖ ਆਪਣੇ ਟੀਚੇ ਅਓਈ ਬ੍ਰਿਜ ਤੋਂ 250 ਮੀਟਰ ਦੂਰ ਕਰ ਦਿੱਤਾ ਅਤੇ ਉਹ ਸ਼ੀਮਾ ਸਰਜੀਕਲ ਕਲੀਨਿਕ ਦੇ ਉੱਪਰ ਫਟਿਆ। ਇਸ ਦੀ ਸ਼ਕਤੀ 12,500 ਟਨ TNT ਦੇ ਬਰਾਬਰ ਸੀ ਅਤੇ ਜਦੋਂ ਬਲਾਸਟ ਹੋਇਆ ਤਾਂ ਤਾਪਮਾਨ ਅਚਾਨਕ 10 ਲੱਖ ਸੈਂਟੀਗ੍ਰੇਡ ਪਹੁੰਚ ਗਿਆ ਅਤੇ ਉੱਪਰੋਂ ਦ ਗ੍ਰੇਟ ਆਰਟਿਸਟ ਦੇ ਪਾਇਲਟ ਮੇਜਰ ਚਾਰਲਸ ਸਵੀਨੀ ਨੇ ਇੱਕ ਵਿਸ਼ਾਲ ਅੱਗ ਦਾ ਗੋਲਾ ਬਣਦਾ ਦੇਖਿਆ। ਸ਼ਹਿਰ ਦੇ ਮੱਧ ਵਿੱਚ ਇੱਕ ਪਲ ਦੇ ਅੰਦਰ ਹੀ ਕੰਕਰੀਟ ਦੀਆਂ ਇਮਾਰਤਾਂ ਨੂੰ ਛੱਡ ਕੇ ਧਰਤੀ ਦੇ ਉੱਪਰ ਮੌਜੂਦ ਹਰ ਚੀਜ਼ ਗਾਇਬ ਹੋ ਗਈ। ਵਿਸਫੋਟ ਦਾ ਅਸਰ ਇੰਨਾ ਤੇਜ਼ ਸੀ ਕਿ ਗਰਾਊਂਡ ਜ਼ੀਰੋ ਤੋਂ 15 ਕਿਲੋਮੀਟਰ ਦੂਰ ਹਰ ਇਮਾਰਤ ਦੀਆਂ ਖਿੜਕੀਆਂ ਟੁੱਟ ਗਈਆਂ। ਹੀਰੋਸ਼ੀਮਾ ਸ਼ਹਿਰ ਦੀਆਂ 2/3 ਇਮਾਰਤਾਂ 1 ਸੈਕਿੰਡ ਦੇ ਅੰਦਰ ਬਰਬਾਦ ਹੋ ਗਈਆਂ। ਕਈ ਕਿਲੋਮੀਟਰ ਤੱਕ ਅੱਗ ਦੀ ਇੱਕ ਹਨੇਰੀ ਫੈਲ ਗਈ। ਇੱਕ ਹੀ ਪਲ ਵਿੱਚ ਹੀਰੋਸ਼ੀਮਾ ਦੀ ਕੁੱਲ ਆਬਾਦੀ 2,50,000 ਦੇ 30% ਯਾਨੀ 80,000 ਲੋਕ ਮੌਤ ਦੀ ਨੀਂਦ ਸੌਂ ਚੁੱਕੇ ਸਨ। ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਬੈਠੇ ਹੋਏ ਟੇਲ ਗਨਰ ਬੌਬ ਕੈਰਨ ਨੇ ਆਪਣਾ ਕੋਡਕ ਕੈਮਰਾ ਚੁੱਕਿਆ ਅਤੇ ਨੀਚੇ ਦੇ ਦ੍ਰਿਸ਼ਾਂ ਦੀਆਂ ਤਸਵੀਰਾਂ ਲੈਣਾ ਸ਼ੁਰੂ ਕਰ ਦਿੱਤਾ। ਥੱਲੇ ਚਿੱਟੇ ਧੂੰਏ ਦਾ ਇੱਕ ਗੁਬਾਰ 3,000 ਫਿਟ ਤੱਕ ਉੱਠਿਆ ਅਤੇ ਇੱਕ ਮਸ਼ਰੂਮ ਦੀ ਸ਼ਕਲ ਬਣਾ ਲਈ। ਹੀਰੋਸ਼ੀਮਾ ਦੇ ਪੂਰਬੀ ਇਲਾਕੇ ਵਿੱਚ ਇੱਕ ਟ੍ਰੇਨ ਸ਼ਹਿਰ ਵੱਲ ਵੱਧ ਰਹੀ ਸੀ। ਅਚਾਨਕ ਸੈਨਿਕਾਂ ਨੇ ਚੱਲਦੀ ਟ੍ਰੇਨ ਰੋਕ ਕੇ ਸਾਰੇ ਯਾਤਰੀਆਂ ਨੂੰ ਹੇਠਾਂ ਉਤਰ ਜਾਣ ਲਈ ਕਿਹਾ। ਡੱਬਿਆਂ ਨੂੰ ਇੰਜਨ ਤੋਂ ਵੱਖ ਕਰਕੇ ਉੱਥੇ ਹੀ ਰੋਕ ਦਿੱਤਾ ਗਿਆ, ਪਰ ਇੰਜਨ ਅੱਗੇ ਵੱਧਦਾ ਗਿਆ। ਪਰ ਉਹ ਅੱਗੇ ਨਹੀਂ ਜਾ ਸਕਿਆ ਕਿਉਂਕਿ ਰੇਲਵੇ ਲਾਈਨ ਪੈਦਲ ਸ਼ਹਿਰ ਛੱਡ ਕੇ ਜਾਣ ਵਾਲਿਆਂ ਨਾਲ ਭਰੀ ਹੋਈ ਸੀ। ਉਹਨਾਂ ਵਿੱਚੋਂ ਕੁਝ ਲੋਕਾਂ ਦੇ ਚਿਹਰਿਆਂ ਤੋਂ ਚਮੜੀ ਲਟਕ ਰਹੀ ਸੀ ਅਤੇ ਕੁਝ ਦੀਆਂ ਬਾਹਾਂ ਇਸ ਤਰ੍ਹਾਂ ਲਮਕ ਰਹੀਆਂ ਸਨ ਜਿਵੇਂ ਕੰਧ ਨਾਲ ਅੱਧਾ ਫਟਿਆ ਹੋਇਆ ਪੋਸਟਰ ਲਮਕਦਾ ਹੈ। ਕੁਝ ਲੋਕ ਬਹੁਤ ਹੌਲੀ ਹੌਲੀ ਚੱਲ ਰਹੇ ਸਨ ਅਤੇ ਉਹਨਾਂ ਦੇ ਮੂੰਹ ਤੋਂ ਸਿਰਫ ਇੱਕੋ ਹੀ ਆਵਾਜ਼ ਨਿਕਲ ਰਹੀ ਸੀ, ਪਾਣੀ ਪਾਣੀ। ਕਰੀਬ 11 ਵਜੇ ਐਟਮ ਬੰਬ ਵਿਸਫੋਟ ਤੋਂ ਪੈਦਾ ਹੋਏ ਬਾਦਲਾਂ ਦੀ ਵਜ੍ਹਾ ਨਾਲ ਹੀਰੋਸ਼ੀਮਾ ਵਿੱਚ ਤੇਜ਼ ਬਾਰਿਸ਼ ਹੋਣ ਲੱਗੀ। ਇਹ ਕਾਲੀ ਬਾਰਿਸ਼ ਸੀ ਜਿਸ ਵਿੱਚ ਗੰਦਗੀ, ਧੂੜ ਅਤੇ ਵਿਸਫੋਟ ਤੋਂ ਪੈਦਾ ਹੋਏ ਰੇਡੀਓ ਐਕਟਿਵ ਤੱਤ ਮੌਜੂਦ ਸਨ। ਅਸਲ ਵਿੱਚ ਇਹ ਕਾਲੇ ਰੰਗ ਨਾਲ ਭਰੀ ਹੋਈ ਗਹਿਰੀ ਬਾਰਿਸ਼ ਸੀ, ਕੁਝ ਕੁਝ ਗ੍ਰੀਸ ਦੀ ਤਰ੍ਹਾਂ ਜੋ ਕੰਧਾਂ ਅਤੇ ਕੱਪੜਿਆਂ 'ਤੇ ਆਪਣਾ ਨਿਸ਼ਾਨ ਛੱਡ ਜਾਂਦੀ ਹੈ। 9 ਅਗਸਤ 1945 ਜਾਪਾਨ ਦੇ ਇੱਕ ਹੋਰ ਸ਼ਹਿਰ ਨਾਗਾਸਾਕੀ ਦੀ ਦੁਪਹਿਰ ਸੀ
ਜਦੋਂ B-29 ਜਹਾਜ਼ ਨੇ ਉੱਥੇ ਦੂਜਾ ਪਰਮਾਣੂ ਬੰਬ ਡਿੱਗਿਆ ਅਤੇ ਉਸ ਨੂੰ ਨੀਚੇ ਪਹੁੰਚਣ ਵਿੱਚ ਪੂਰੇ 43 ਸੈਕਿੰਡ ਲੱਗੇ। ਬੰਬ ਡਿੱਗਣ ਦੇ 1 ਕਿਲੋਮੀਟਰ ਦੇ ਦਾਇਰੇ ਵਿੱਚ ਮੌਜੂਦ ਹਰ ਚੀਜ਼ ਬਰਬਾਦ ਹੋ ਗਈ। ਤਾਪਮਾਨ ਇੰਨਾ ਸੀ ਕਿ ਉਹਨੇ ਮਨੁੱਖੀ ਸਰੀਰ ਦੇ ਅੰਦਰ ਪਾਣੀ ਦੀ ਇੱਕ ਇੱਕ ਬੂੰਦ ਨੂੰ ਚੂਸ ਲਿਆ। ਬਹੁਤ ਸਾਰੇ ਲੋਕ ਅਤੇ ਜਾਨਵਰ ਇੱਕ ਪਲ ਵਿੱਚ ਹੀ ਮਰ ਗਏ। ਧਮਾਕਾ ਇੰਨਾ ਤੇਜ਼ ਸੀ ਕਿ 8 ਕਿਲੋਮੀਟਰ ਦੂਰ ਬਣੇ ਘਰਾਂ ਦੇ ਸ਼ੀਸ਼ਿਆਂ ਦੇ ਪਰਖੱਚੇ ਉੱਡ ਗਏ। ਧਮਾਕੇ ਤੋਂ ਪੈਦਾ ਹੋਈ ਰੌਸ਼ਨੀ ਹਾਲਾਂਕਿ ਕੁਝ ਸੈਕਿੰਡ ਤੱਕ ਹੀ ਰਹੀ, ਪਰ ਉਸ ਨਾਲ ਜੋ ਗਰਮੀ ਨਿਕਲੀ ਉਸਨੇ ਚਮੜੀ ਨੂੰ 3rd degree ਬਰਨ ਨਾਲ ਸਾੜ ਦਿੱਤਾ। ਬੰਬ ਦੇ ਕੇਂਦਰ ਬਿੰਦੂ ਦੇ 1 ਕਿਲੋਮੀਟਰ ਦੇ ਖੇਤਰ ਦੀ ਇੱਕ ਇੱਕ ਚੀਜ਼ ਭਾਫ਼ ਬਣ ਕੇ ਉੱਡ ਗਈ। ਇੱਕ ਮਾਈਕਰੋਸੈਕਿੰਡ ਦੇ ਅੰਦਰ ਨਾਗਾਸਾਕੀ ਜੇਲ੍ਹ ਦੀਆਂ 3 ਇਮਾਰਤਾਂ ਬਰਬਾਦ ਹੋ ਗਈਆਂ। ਜੇਲ੍ਹ ਦੇ ਅੰਦਰ ਮੌਜੂਦ ਇੱਕ ਵੀ ਸ਼ਖਸ ਬਚ ਨਹੀਂ ਸਕਿਆ। ਰੂਟ ਨੰਬਰ 206 ਤੇ ਬਿਜਲੀ ਨਾਲ ਚੱਲਣ ਵਾਲੀ ਟਰਾਮ ਦਾ ਨਾਮੋ ਨਿਸ਼ਾਨ ਨਹੀਂ ਬਚਿਆ। ਨਾਗਾਸਾਕੀ ਮੈਡੀਕਲ ਕਾਲਜ ਹਸਪਤਾਲ ਵਿੱਚ ਡਾਕਟਰ ਤਾਕਾਸ਼ੀ ਨਗਾਈ ਆਪਣੀ ਕਲਾਸ ਵਿੱਚ ਪ੍ਰੈਕਟਿਸ ਦੇ ਲਈ ਕੁਝ ਐਕਸਰੇ ਫਿਲਮਾਂ ਇਕੱਠੀਆਂ ਕਰ ਰਹੇ ਸਨ। ਉਸੇ ਵੇਲੇ ਉਹਨਾਂ ਨੂੰ ਅੰਨਾ ਕਰ ਦੇਣ ਵਾਲੀ ਰੌਸ਼ਨੀ ਦਿਖੀ। ਧਮਾਕਾ ਇੰਨਾ ਤੇਜ਼ ਸੀ ਕਿ ਖਿੜਕੀ ਦੇ ਸ਼ੀਸ਼ੇ ਟੁੱਟ ਕੇ ਕਮਰੇ ਦੇ ਅੰਦਰ ਡਿੱਗ ਗਏ ਅਤੇ ਹਵਾ ਇੰਨੀ ਤੇਜ਼ੀ ਨਾਲ ਅੰਦਰ ਆਈ ਕਿ ਡਾਕਟਰ ਤਾਕਾਸ਼ੀ ਹਵਾ ਵਿੱਚ ਉੱਡਣ ਲੱਗੇ। ਉਹਨਾਂ ਦੇ ਚਿਹਰੇ ਦੇ ਸੱਜੇ ਪਾਸੇ ਕੱਟ ਲੱਗਿਆ ਅਤੇ ਗਰਦਨ ਤੋਂ ਖੂਨ ਵਗਣ ਲੱਗਾ। ਉਹਨਾਂ ਨੂੰ ਇਸ ਗੱਲ ਦੀ ਹੈਰਾਨੀ ਹੋਈ ਕਿ ਉਹਨਾਂ ਨੂੰ ਦਰਦ ਕਿਉਂ ਨਹੀਂ ਹੋ ਰਿਹਾ। ਉਹਨਾਂ ਦੇ ਚਾਰੇ ਪਾਸੇ ਕਰੀਬ 20 ਲਾਸ਼ਾਂ ਵਿਛੀਆਂ ਹੋਈਆਂ ਸਨ ਅਤੇ ਜਿੱਥੇ ਤੱਕ ਨਜ਼ਰ ਜਾ ਰਹੀ ਸੀ ਸਿਰਫ ਅੱਗ ਹੀ ਅੱਗ ਸੀ।